ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਿੱਖਣ ਪ੍ਰਣਾਮਾ ਆਧਾਰਿਤ ਅਭਿਆਸ ਪੁਸਤਕ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਲਈ ਕੁਝ ਬਹੁ ਵਿਕਲਪੀ ਪ੍ਰਸ਼ਨ ਉੱਤਰਾਂ ਹੱਲ ਕਰਦੇ ਹਾਂ ਆਓ ਅਸੀਂ ਪਹਿਲੇ ਸਵਾਲ ਵੱਲ ਚੱਲਦੇ ਹਾਂ ਦਿੱਤੇ ਗਏ ਕਰੰਸੀ ਨੋਟਾਂ ਦਾ ਮੁੱਲ ਪਤਾ ਕਰੋ ਪਿਆਰੇ ਵਿਦਿਆਰਥੀਓ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲ 50 ਰੁਪਏ 20 ਰੁਪਏ 10 ਰੁਪਏ ਅਤੇ 1 ਰੁਪਏ ਦਾ ਨੋਟ ਹੈ ਅਸੀਂ ਇਹਨਾਂ ਕਰੰਸੀ ਨੋਟਾਂ ਦਾ ਮੁੱਲ ਪਤਾ ਕਰਨਾ ਹੈ ਇਸ ਲਈ ਸਾਨੂੰ ਚਾਰ ਉੱਤਰ ਦਿੱਤੇ ਹਨ ਆਪ ਦੇਖਦੇ ਹਾਂ 80 81 70 ਅਤੇ 51 ਪਿਆਰੇ ਬੱਚਿਓ ਆਓ ਅਸੀਂ ਕਰੰਸੀ ਨੋਟਾਂ ਦਾ ਮੁੱਲ ਪਤਾ ਕਰਦੇ ਹਾਂ ਸਾਡੇ ਕੋਲ 50 ਰੁਪਏ ਦਾ ਨੋਟ ਹੈ ਅਸੀਂ ਜਾਣਦੇ ਹਾਂ ਕਿ ਇਸ ਦਾ ਮੁੱਲ 50 ਹੁੰਦਾ ਹੈ ਇੱਕ 20 ਰੁਪਏ ਦਾ ਨੋਟ ਆ ਗਿਆ ਤਾਂ ਸਾਡੇ ਕੋਲ 70 ਰੁਪਏ ਬਣ ਗਏ 10 ਰੁਪਏ ਦਾ ਇੱਕ ਨੋਟ ਆ ਗਿਆ ਤਾਂ 80 ਰੁਪਏ ਹੋ ਗਏ 1 ਰੁਪਏ ਦਾ ਨੋਟ ਆ ਗਿਆ ਤਾਂ 81 ਰੁਪਏ ਹੋ ਗਏ ਪਿਆਰੇ ਬੱਚਿਓ ਅਸੀਂ ਦੇਖਿਆ ਕਿ ਇਹਨਾਂ ਕਰੰਸੀ ਨੋਟਾਂ ਦਾ ਮੁੱਲ 81 ਰੁਪਏ ਹੈ ਤਾਂ ਇਸ ਦੇ ਲਈ ਅਸੀਂ ਠੀਕ ਉੱਤਰ ਉੱਤੇ ਭਾਵ ਕੇ ਆੜੇ ਉੱਤੇ ਠੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ ਅਗਲੇ ਸਵਾਲ ਵਿੱਚ ਅਸੀਂ ਮਿਲਾਨ ਕਰਨਾ ਹੈ ਪਿਆਰੇ ਬੱਚਿਓ ਤੁਹਾਡੇ ਸਾਹਮਣੇ ਕਰੰਸੀ ਨੋਟ ਦਿੱਤੇ ਗਏ ਹਨ ਅਤੇ ਉਹਨਾਂ ਦਾ ਮੁੱਲ ਉਸ ਦੇ ਸਾਹਮਣੇ ਲਿਖਿਆ ਹੋਇਆ ਹੈ ਜੋ ਕਿ ਅੱਗੇ ਪਿੱਛੇ ਲਿਖਿਆ ਹੈ ਅਸੀਂ ਕਰੰਸੀ ਨੋਟਾਂ ਨੂੰ ਗਿਣਾਂਗੇ ਅਤੇ ਸਹੀ ਉੱਤਰ ਦੇ ਨਾਲ ਉਸ ਦਾ ਮਿਲਾਨ ਕਰਦੇ ਹਾਂ ਆਓ ਅਸੀਂ ਊੜੇ ਭਾਗ ਵੱਲ ਚੱਲਦੇ ਹਾਂ ਜਿਸ ਵਿੱਚ ਕਿ ਸਾਨੂੰ 10 ਰੁਪਏ 10 ਅਤੇ 10 20 ਰੁਪਏ 25 ਰੁਪਏ ਅਤੇ 26 ਰੁਪਏ ਹਨ ਤਾਂ ਬੱਚਿਓ ਅਸੀਂ ਇਹਨਾਂ ਦੇ ਵਿੱਚੋਂ 26 ਰੁਪਏ ਦੇ ਨਾਲ ਇਸ ਦਾ ਮਿਲਾਨ ਕਰ ਦਿੰਦੇ ਹਾਂ ਇਸ ਦੇ ਵਿੱਚ ਸਾਨੂੰ 10 ਰੁਪਏ 20 ਰੁਪਏ 21 ਰੁਪਏ ਅਤੇ 22 ਰੁਪਏ ਹਨ ਤਾਂ ਇਸ ਦਾ ਅਸੀਂ 22 ਰੁਪਏ ਦੇ ਨਾਲ ਮਿਲਾਨ ਕਰ ਦਿੰਦੇ ਹਾਂ ਤੀਜੇ ਭਾਗ ਦੇ ਵਿੱਚ 20 ਰੁਪਏ 30 31 32 33 33 ਰੁਪਏ ਹਨ ਜਿਸ ਦਾ ਕਿ ਅਸੀਂ 33 ਰੁਪਏ ਦੇ ਨਾਲ ਮਿਲਾਨ ਕਰ ਦਿੱਤਾ ਹੈ ਚੌਥੇ ਭਾਗ ਦੇ ਵਿੱਚ 50 ਰੁਪਏ ਅਤੇ 50 ਰੁਪਏ 100 ਰੁਪਏ ਹਨ ਤਾਂ ਇਸ ਦਾ ਅਸੀਂ 100 ਰੁਪਏ ਦੇ ਨਾਲ ਮਿਲਾਨ ਕਰ ਦਿੰਦੇ ਹਾਂ। ਟਿਆਰੇ ਬੱਚਿਓ ਆਓ ਅਸੀਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਵਨੀਤ ਕੋਲ 5 ਰੁਪਏ ਵਾਲੇ 4 ਸਿੱਕੇ ਹਨ। ਉਸ ਨੂੰ 5 ਰੁਪਏ ਵਾਲੇ 2 ਸਿੱਕੇ ਰਮਨ ਨੇ ਹੋਰ ਦੇ ਦਿੱਤੇ। ਹੁਣ ਅਵਨੀਤ ਕੋਲ ਕਿੰਨੇ ਰੁਪਏ ਹੋ ਗਏ? ਟਿਆਰੇ ਬੱਚਿਓ ਇਸ ਲਈ ਸਾਨੂੰ 4 ਉੱਤਰ ਦਿੱਤੇ ਗਏ ਹਨ। ਪਹਿਲਾ ਉੱਤਰ ਹੈ 20 ਰੁਪਏ। ਦੂਜਾ ਉੱਤਰ ਹੈ 30 ਰੁਪਏ। ਤੀਜਾ ਉੱਤਰ ਹੈ 15 ਰੁਪਏ ਅਤੇ ਚੌਥਾ ਉੱਤਰ ਹੈ 5 ਰੁਪਏ। ਅਸੀਂ ਇਹਨਾਂ ਦੇ ਵਿੱਚੋਂ ਸਹੀ ਉੱਤਰ ਉੱਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ ਆਓ ਅਸੀਂ ਸਵਾਲ ਹੱਲ ਕਰਦੇ ਹਾਂ ਪਿਆਰੇ ਬੱਚਿਓ ਸਾਨੂੰ ਪਤਾ ਹੈ ਕਿ ਅਵਨੀਤ ਕੋਲ 5 ਰੁਪਏ ਵਾਲੇ 4 ਸਿੱਕੇ ਹਨ ਤਾਂ 5 ਰੁਪਏ ਵਾਲੇ 4 ਸਿੱਕਿਆਂ ਦੀ ਕੀਮਤ 20 ਰੁਪਏ ਹੈ ਉਸ ਨੂੰ ਰਮਨ ਨੇ 5 ਰੁਪਏ ਦੇ 2 ਸਿੱਕੇ ਹੋਰ ਦੇ ਦਿੱਤੇ ਭਾਵ ਕਿ ਉਸ ਨੂੰ 10 ਰੁਪਏ ਹੋਰ ਮਿਲ ਗਏ ਤਾਂ ਹੁਣ ਉਸ ਦੇ ਕੋਲ 30 ਰੁਪਏ ਹੋਗੇ ਤਾਂ ਇਸ ਦੇ ਵਿੱਚੋਂ ਅਸੀਂ ਆੜੇ ਪਾਸੇ ਉੱਤੇ ਠੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ ਪਿਆਰੇ ਵਿਦਿਆਰਥੀਓ ਆਓ ਅਸੀਂ ਅਗਲੇ ਸਵਾਲ ਵੱਲ ਚੱਲਦੇ ਹਾਂ 10 ਰੁਪਏ ਦਾ ਮੁੱਲ 5-5 ਰੁਪਏ ਦੇ ਕਿੰਨੇ ਨੋਟਾਂ ਦੇ ਬਰਾਬਰ ਹੋਵੇਗਾ ਇਸ ਦੇ ਲਈ ਸਾਨੂੰ ਚਾਰ ਉੱਤਰ ਦਿੱਤੇ ਗਏ ਹਨ ਪਹਿਲਾ ਉੱਤਰ ਹੈ 5 ਦੂਜਾ ਉੱਤਰ ਹੈ 2 ਤੀਜਾ ਉੱਤਰ ਹੈ 3 ਅਤੇ ਚੌਥਾ ਉੱਤਰ ਹੈ 10 ਅਸੀਂ ਪਤਾ ਕਰਨਾ ਹੈ ਕਿ 10 ਰੁਪਏ ਦੇ ਮੁੱਲ ਦੇ ਬਰਾਬਰ 5-5 ਰੁਪਏ ਦੇ ਕਿੰਨੇ ਨੋਟ ਆਉਣਗੇ ਇਸ ਦੇ ਲਈ ਅਸੀਂ ਇੱਕ 10 ਰੁਪਏ ਦਾ ਨੋਟ ਲੈਂਦੇ ਹਾਂ ਪਿਆਰੇ ਬੱਚਿਓ ਅਸੀਂ 5 ਰੁਪਏ ਦਾ ਇੱਕ ਨੋਟ ਲਿਆ ਅਤੇ ਇਸ ਦੀ ਕੀਮਤ 5 ਰੁਪਏ ਹੈ। ਅਸੀਂ 5 ਰੁਪਏ ਦਾ ਇੱਕ ਹੋਰ ਨੋਟ ਲਿਆ ਤਾਂ ਹੁਣ ਇਹਨਾਂ ਦੋਵਾਂ 5 ਰੁਪਏ ਦੇ ਨੋਟਾਂ ਦੀ ਕੀਮਤ 10 ਰੁਪਏ ਹੋ ਗਈ। ਤਾਂ ਅਸੀਂ ਦੇਖਿਆ ਕਿ 10 ਰੁਪਏ ਨਾਲ 5-5 ਦੇ ਦੋ ਨੋਟਾਂ ਦੀ ਕੀਮਤ ਬਰਾਬਰ ਹੋ ਗਈ। ਤਾਂ ਇਸ ਦੇ ਲਈ ਅਸੀਂ ਆੜੇ ਉੱਤੇ ਭਾਗ ਕੇ ਸਹੀ ਉੱਤਰ 2 ਦੇ ਉੱਤੇ ਠੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ। ਤਿਆਰੇ ਬੱਚਿਓ ਮੀਰੇ ਤੇ ਤੁਸੀਂ ਸਾਰੇ ਸਵਾਲ ਸਿੱਖ ਲਏ ਹਨ ਹੁਣ ਤੁਸੀਂ ਕਰਦਾ ਕੰਮ ਕਰਨਾ ਹੈ ਜਿਸ ਦੇ ਵਿੱਚ ਤੁਸੀਂ ਇਹ ਸਵਾਲ ਹੱਲ ਕਰਨਾ ਹੈ ਧੰਨਵਾਦ